ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਹੜੜ ਕਲਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਬਗੀਚੇ ਭਾਈ ਹੋਣਾਂ ਕੋਲ ਆਪਾਂ ਪਹੁੰਚੇ ਹਾਂ। ਅਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਆ ਜਿਹੜੀਆਂ ਤੁਸੀਂ ਅੱਜ ਦੋ ਮੱਝਾਂ ਦੇਖ ਸਕਦੇ, ਇਹ ਵੀ ਤੋਕੜ ਗੱਬਣ ਆ ਅਤੇ ਇੱਕ ਆ ਨੀਲੀ ਦੀ ਮੱਝ ਵੀ ਜਿਹੜੀ ਆ ਤੋਕੜ ਗੱਬਣ ਆ, ਅਤੇ ਕੋਈ ਆ ਤਾਜ਼ੀ ਸੂਈ ਆ ਅਤੇ ਦੋ ਗਾਵਾਂ ਸੂਈਆਂ ਵਾ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵਧੀਆ ਵਧੀਆ, ਤੁਸੀਂ ਦੱਸੋ? ਠੀਕ ਠਾਕ ਜੀ, ਵਧੀਆ ਜੀ। ਚਲੋ ਵਧੀਆ ਚਾਹੀਦਾ। ਤੇ ਨਾਮ ਦੱਸ ਦੇ ਕਰੀ ਆਪਣਾ? ਮੇਰਾ ਬਗੀਚਾ ਸਿੰਘ ਜੀ, ਪਿੰਡ ਹਰੜ ਕਲਾਂ, ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਜੀ। ਤੇ ਫੋਨ ਨੰਬਰ ਬੋਲ ਦੇ। 9-23-6409। ਠੀਕ ਹੈ ਜੀ। ਤੇ ਅੱਜ 5 ਫਿਰ ਹਨਾ? ਹਾਂਜੀ 5-6 ਹੀ ਇੱਕ ਵੇਗੀ ਜੀ। ਠੀਕ ਆ। ਹਾਂਜੀ ਪਰਸੋਂ ਵਾਲੀਆਂ ਵੇਚਤੀਆਂ ਫਿਰ? ਸਾਰੀਆਂ ਵੇਗੀਆਂ ਭਾਜੀ। ਠੀਕ ਹੈ ਜੀ। ਹਾਂਜੀ ਤੇ ਚਲੋ ਫਿਰ ਸ਼ੁਰੂਆਤ ਆ ਪਹਿਲੇ ਨੰਬਰ ਤੇ ਜਿਹੜੀ ਆ ਤਾਜ਼ੀ ਸੂਈ ਆ ਇਹਦੇ ਤੋਂ ਹੀ ਆਪਾਂ ਕਰ ਲੈਣੀ। ਥੱਲਿਆਂ ਵੀ ਚੰਗੀ ਤਿਆਰ ਹੋਈ ਆ। ਹਾਂਜੀ ਹਾਂਜੀ ਪਹਿਲਾਂ ਸੂਆ 4-5 ਹਜ਼ਾਰ ਰੁਪਏ ਭਾਜੀ। ਚੈੱਕ ਕੀਤੇ ਤੁਸੀਂ ਦੰਦ? ਚੈੱਕ ਕੀਤੇ। ਠੀਕ ਆ। ਕਿੰਨਾ ਚਿਰ ਚੈੱਕ ਕਰਕੇ ਫਿਰ ਖੜੇ? ਠੀਕ ਆ। ਮਗਰ ਵੀ ਕੱਟੀ ਹੈ? ਮਗਰ ਇਹਦੇ ਕੱਟੀ ਆ। ਹਾਂਜੀ ਕਿੰਨਾ ਦੁੱਧ ਤਿਆਰ ਜੇ ਤੇ? 4-12 ਕਿਲੋ ਹੋ ਗਿਆ ਥੱਲੇ। 11 ਕਿਲੋਆਂ ਦੀ ਆਪਣੀ ਫੁੱਲ ਗਰੰਟੀ ਹੋਊਗੀ। ਅੱਛਾ। ਹਾਂਜੀ ਠੀਕ ਆ। 11 ਕਿਲੋ ਭਾਵੇਂ ਕੋਈ ਲੀਟਰ ਮਾਰ ਕੇ ਮਿਲੇ, 3 ਟਾਈਮ ਮਿਲੇ ਦੁੱਧ, 11 ਤੋਂ ਪਲੱਸ ਆਪਾਂ ਮੰਨ ਲਓ ਵੀ 11 ਹੀ ਦੱਸਾਂਗੇ। ਸੂਈ ਨੂੰ ਕਿੰਨਾ ਚਿਰ ਹੋਇਆ ਜੀ? ਸੂਈ ਨੂੰ 5-6 ਦਿਨ ਜੇ ਨਾੜੂ ਰਾਤੀ ਲੱਥ ਗਿਆ ਜੀ ਬੱਚੇ ਦਾ। ਠੀਕ ਹੈ। ਨਾੜੂ ਕੱਟੀ ਜੇ ਮਗਰ ਕਿੰਨਾ ਕੁ ਚਵਾਈ ਜਾਊਗੀ ਦੁੱਧ? ਦੁੱਧ ਭਾਈ 14-15 ਕਿਲੋ ਕੱਟੀ ਦਊਗੀ, ਬੜੀ ਚੰਗੇ ਰਵੇ ਚੋਂ ਕੱਟੀ। ਤੋਰੋ ਹਾਂ ਫਿਰ ਇੱਕ ਦਿਨ ਭਾਈ। ਬਾਕੀ ਚੰਗੇ ਵਜਨ ਵਾਲੀ ਝੋਟੀ ਆ ਜਿਹੜੀ। ਦੇਖ ਸਕਦੇ ਥੱਲਿਓ ਕਾਫੀ ਸਫਾਈ ਚ ਆ ਜਿਹੜੀ। ਤੇ ਕੀ ਰੱਖਣਾ ਵੀਰ ਜੀ ਇਹਦਾ ਮੁੱਲ ਫਿਰ ਆਪਾਂ? ਇਹਦਾ ਮੁੱਲ ਭਾਜੀ ਹੈਗਾ ਜੀ 90,000। 90,000 ਕਰਨਾ ਵਿੱਚ ਮਨ ਤਨ? 2,000 ਰੁਪਇਆ ਭਾਜੀ ਹਰ ਵੀ ਕਰਾਂਗੇ। 88,000 ਦੀ ਦੇ ਦੋਗੇ? ਹਾਂਜੀ ਕੱਟੀ ਦੁੱਧ 15 ਕਿਲੋ ਕੱਟੀ ਪਾ ਦੂੰਗੀ। ਠੀਕ ਹੈ ਜੀ। ਹਾਂਜੀ ਹਾਂਜੀ ਠੀਕ ਹੈ। ਤੇ ਹੁਣ ਦੂਸਰੇ ਨੰਬਰ ਤੇ ਆ ਤੋਕੜ ਗੱਬਨ ਜੀ। ਹਾਂਜੀ ਹਾਂਜੀ ਤੋਕੜ ਗੱਬਨ ਜੀ। ਕਿੰਨੇ ਚਿਰ ਦੀ ਚੈੱਕ ਪਾਸ ਚ? ਇਹ ਭਾਈ 7.5 ਮਹੀਨਿਆਂ ਦੀ ਚੈੱਕ ਪਾਸ ਜੀ। ਅੱਛਾ। ਤੇ ਦੁੱਧ ਵੀ ਇਹਦੇ ਥੱਲੇ ਉਹਦਾ 3-4 ਕਿਲੋ ਹੈਗਾ, ਪਰ ਹੁਣ ਛੱਡਣ ਦੇ, ਮੈਂ ਸਵੇਰੇ 1.5 ਕਿਲੋ ਹੀ ਹੋਇਆ ਜੀ। ਅੱਛਾ। ਮੰਨ ਲਓ ਆਪਾਂ ਦੁੱਧ ਹੁਣ ਨਾ ਹੀ ਗਿਣੀਏ, ਇਹ ਕਿ ਥਣ ਪਾਸ ਕਰਾ ਦੂਗੀ? ਥਣ ਪਾਸ ਕਰਾ ਦੂਗੀ। ਹਾਂ ਠੀਕ ਹੈ ਜੀ। ਦੁੱਧ ਸਵੇਰੇ ਮੈਂ ਉਹਦਾ 1.5 ਕਿਲੋ ਚੋਇਆ, ਬਾਕੀ ਉਹ ਵੀਰ ਕਹਿੰਦੇ ਅੱਜ ਚੌਥਾ ਦਿਨ ਹੋ ਗਿਆ ਸਾਨੂੰ। ਅੱਛਾ। ਹਾਲੇ ਨਹੀਂ ਛੱਡੀ ਜੀ। ਠੀਕ ਹੈ ਜੀ। ਹਾਂਜੀ ਤੇ ਦੁੱਧ ਭਾਜੀ ਹਰ ਪ੍ਰੀਤ ਸੱਜਰ ਨੇ 18 ਤੋਂ ਪਲੱਸ ਦਿੱਤਾ ਜੀ। ਅੱਛਾ। ਹਾਂ ਬਾਕੀ ਇਹ ਕਿ ਦੁੱਧ ਵਾਲੀਆਂ ਨਿਸ਼ਾਨੀਆਂ ਚੰਗੀਆਂ ਵਾ। ਹਾਂਜੀ ਹਾਂਜੀ ਥੱਲਿਆਂ ਵੀ ਆ ਦੇ ਸਕਦੇ, ਮਿਲਕਮੈਨ ਵੀ ਚੰਗੀ ਲੱਗੀ। ਕੱਟ ਵੇਖੋ ਮੂੰਹ ਤੇ ਕੱਟ ਵਾਲੀ ਆ ਮੈਂ। ਹਾਂਜੀ ਹਾਂਜੀ 18 ਕਿਲੋ ਮੈਂ ਲੀਟਰ ਵਾਲਾ ਦੁੱਧ ਬਣਾਇਆ ਜੀ। ਠੀਕ ਆ। ਹਾਂਜੀ ਤੇ ਹੁਣ 7.5 ਮਹੀਨੇ ਦੀ ਗੱਬਣ ਜੀ। 7.5 ਮਹੀਨੇ ਦੀ ਗੱਬਣ ਜੀ। ਤੋਰੋ ਹਾਂ ਫਿਰ ਇੱਕ ਵਾਰੀ। ਬਾਕੀ ਇਹ ਜਿਹੜੀਆਂ ਗੱਬਣਾਂ ਹੁੰਦੀਆਂ ਵਾ, ਇੱਕ ਵਾਰੀ ਆਪ ਵੀ ਜਾ ਕੇ ਜਿਹੜੀਆਂ ਚੈੱਕ ਕਰਾ ਲਿਆ ਕਰੋ, ਫਿਰ ਪ੍ਰੋਪਰ ਦਿਨਾਂ ਦਾ ਚੰਗੀ ਤਰ੍ਹਾਂ ਪਤਾ ਲੱਗ ਜਾਂਦਾ। ਬਾਕੀ ਚੰਗੇ ਵੱਡੇ ਕੱਦ ਕਾਠ ਦੀ ਆ, ਤੇ ਬਾਕੀ ਥੱਲਿਆਂ ਵੀ ਚੰਗੇ ਖੁੱਲੇ ਹਵਾਨੇ ਦੀ ਆ। ਠੀਕ ਹੈ ਜੀ। ਬਾਕੀ ਆ ਦੇ ਸਕਦੇ ਚੰਗੀ ਤਰ੍ਹਾਂ ਸਾਰੀ ਮੱਝ। ਤੇ ਕੀ ਰੱਖਣਾ ਇਹਦਾ ਮੁੱਲ ਵੀਰ ਜੀ ਫਿਰ? ਮੁੱਲ ਤਾਂ 20 ਜੀ ਕਰਦਾ, 27 ਕਰ ਲਈਏ ਜਾਇਜ਼ ਜੀ ਕਰੀਏ ਕੋ। 65,000।
ਤੇ ਵਿੱਚੋਂ ਕਰਨਾ ਮਨ ਤਨ 62 ਦੀ ਦੇ ਦੇ। ਅੱਛਾ 62,000 ਦੀ ਕਿ 60 ਪੂਰੇ ਤੇ ਕਰਦੀ ਹੈ? ਵੇਖ ਲਓ 60 ਦੀ ਕਰ ਦੋ, ਪਰ ਮੈਂ ਬੜੀ ਹਰਪ੍ਰੀਤ ਜਿਹੜਾ ਲੈ ਜੂ ਯਾਦ ਕਰੂੰਗਾ। ਠੀਕ ਹੈ, ਬਾਕੀ ਚਲੋ ਹੈਗੀ ਚੰਗੇ ਕੱਦ ਕਾਠ ਵਾਲੀ ਹੈ, ਪਿੱਠ ਪੋੜੇ ਵਾਲੀ ਕੱਢਦੀ ਆ। ਠੀਕ ਹੈ ਜੀ, ਤੇ ਹੁਣ ਇੱਕ ਆ ਵੀ ਤੌਕੜ ਕੇ ਪੰਜੇ, ਇਹ 6.5 ਮਹੀਨਿਆਂ ਦੀ ਜੇ ਦੋਂਦੀ ਜੇ ਮੂੰਹ। ਅੱਛਾ, ਉਹਦੇ ਦੰਦ ਪੁੱਟਣ ਲਈ ਜੀ, ਚੈੱਕ ਕੀਤੇ ਤੁਸੀਂ ਦੰਦ? ਚੈੱਕ ਕਰਕੇ ਜੇ ਵਾਲਾ ਵੀਰ ਮੇਰੇ ਕੋਲ ਲਊਗਾ ਚੈੱਕ ਪਹਿਲਾਂ ਕਰੇ ਫੇਰ ਸੌਦਾ ਕਰੇ। ਠੀਕ ਹੈ ਜੀ, ਹਾਂਜੀ। ਤੇ ਦੁੱਧ 6 ਕਿਲੋ ਜੇ ਥਲੇ, 6 ਕਿਲੋ ਦੁੱਧ ਉੱਥੇ ਦੋਵੇਂ ਟਾਈਮ ਹੀ ਧਾਰ ਤੇ ਮਿਲਦੀ ਜੇ, ਉੱਥੇ ਸ਼ਾਮ ਤੋਂ ਪਲੱਸ ਦੁੱਧ ਹੀ ਮੰਨ ਲਓ 6.5 ਕਿਲੋ ਹੋਊਗਾ। ਠੀਕ ਹੈ, ਤੇ ਆਪਣੇ ਕੋਲ ਸਵੇਰੇ ਆਈ ਆ, ਉੱਥੇ ਦੋਵੇਂ ਟਾਈਮ ਧਾਰ ਤੇ ਮਿਲਦੀ, ਉਹ ਸਾਡੇ ਕੋਲ ਪਤਾ ਨਹੀਂ ਆਣ ਕੇ ਉਹਨੂੰ ਕੀ ਗੱਲ ਪਾਵੇ ਕਿ। ਠੀਕ ਹੈ, ਅਜੇ ਤੁਸੀਂ ਚੋਈ ਨਹੀਂ ਹੈ ਘਰੇ? ਨਹੀਂ, ਉੱਥੇ ਚੋ ਕੇ ਲਿਆਂਦੀ। ਠੀਕ ਹੈ, ਹਾਂਜੀ, ਤੋਰੋ ਹਾਂ ਫਿਰ ਇੱਕ ਵਾਰੀ ਨਾ, ਬਾਕੀ ਸੱਜਰ ਮੇਰੇ ਕੋਲ ਹੀ ਗਈ ਜਾਂ ਪੀਪਾ ਜੀ ਇਹ। ਠੀਕ ਹੈ, ਹਾਂ, 14 ਕਿਲੋ ਦੁੱਧ ਹੀ ਕੱਟੀ ਥਲੇ ਪੈ ਜਾਂਦੇ ਥਲੇ। ਬਾਕੀ ਸੋਹਣੀ ਝੋਟੀ ਆ, ਚੰਗੇ ਪਿੱਠ ਪੁੜੇ ਵਾਲੀ ਆ। ਆਦੇ ਸਾਦੇ ਹਵਾਨਾ ਵੀ ਇਹਦਾ ਥੱਲਿਆ। ਬਾਕੀ ਕੋਈ ਵੀਰ ਇੱਥੇ ਆ ਗਿਆ ਆਪਣੀ ਪਸੰਦ ਕਰਕੇ ਤਸੱਲੀ ਕਰਕੇ ਲੈ ਜੀ ਭਾਜੀ, ਹੈ ਕਿ 15 ਤੋਂ ਪਲੱਸ ਦੁੱਧ ਹੋਊਗੀ ਜਿੱਦਾਂ ਦੀ ਕੱਟੀ ਆ। ਠੀਕ ਹੈ ਜੀ, 14 ਕਿਲੋ ਦੁੱਧ ਚੋਗੇ ਤੇ ਫੇਰ ਆਪਾਂ ਦਿੱਤੀ। ਤੇ ਇਹਦਾ ਮੁੱਲ? ਇਹਦਾ ਮੁੱਲ ਹਰ ਪਈ ਭਾਈ 70,000 ਜੀ। ਅੱਛਾ, ਤੇ 67 ਦੀ ਦੇ ਦਈਏ ਹਨਾ? 67,000 ਦੀ ਦੇ ਦਈਏ, 65,000 ਦੀ ਦਈਏ। ਚਲੋ ਵੇਖ ਲਓ ਹਰ ਪਈ ਭਾਈ, ਬਾਕੀ 65,000 ਦੀ ਕੱਟੀ ਕੱਟੀ ਬੜੀ ਚੰਗੀ ਜੀ। ਠੀਕ ਆ, 1,000 ਘੱਟ ਲੱਖ ਦੀ ਮੈਂ ਝੋੜੀ ਦਿੱਤੀ ਹੈ। ਅੱਛਾ, ਇਹ ਪਹੁੰਚ ਗਈ 30,00,000 ਰੁਪਏ ਦੀ ਪੂਰੀ। ਠੀਕ ਆ, ਹਾਂਜੀ, ਉਦੋਂ ਹਜੇ ਖੀਰੀ ਦੀ ਦੋਂਦੀ ਦੇ ਦੰਦ ਪੁੱਟਣ ਡਈ ਸੀ। ਠੀਕ ਆ, ਹਾਂਜੀ, ਤੇ ਬਾਕੀ ਆ ਦੇ ਸਾਡੇ ਤੁਹਾਡੇ ਸਾਹਮਣੇ ਹੀ ਆ ਸਾਰਾ ਕੁਝ। ਇੱਥੇ ਆ ਕੇ ਆਪਣੀ ਪਾਸ ਕਰਕੇ ਵੇਖ ਕੇ ਖੜੋ, ਥਣ ਵੀ ਇਹਦੇ ਦੇਖ ਸਕਦੇ ਲੱਗੇ ਤਾਂ, ਤੇ ਮਿਲਕ ਮੇਨ ਵੀ ਆਪਾਂ ਦੇਖ ਸਕਦੇ, ਕਾਫੀ ਚੰਗੀ ਲੱਗੀ ਹੈ। ਦੁੱਧ ਵਾਲੀਆਂ ਨਿਸ਼ਾਨੀਆਂ ਜਿਹੜੀਆਂ ਇਹਦੇ 'ਚ ਵੀ ਚੰਗੀਆਂ, ਤੋਕੜਾ ਕੱਬਣਾ ਦੋਵੇਂ ਜਿਹੜੀਆਂ ਚੰਗੇ ਰਿਕਾਰਡ ਵਾਲੀਆਂ ਵਾ। ਅੱਛਾ, ਸਹੀ ਹੈ ਨਾ? ਠੀਕ ਹੈ, ਆਪਾਂ ਨਹੀਂ ਇਹ ਆ ਕੇ ਅਜੇ ਮਤਲਬ ਪੂਰੀ ਫੁੱਲ ਚੈੱਕ ਪਾਸ ਨਹੀਂ ਆ, ਉਹਨਾਂ ਕਹਿੰਦੇ 2 ਮਹੀਨਿਆਂ ਦੀ ਹੋਊਗੀ ਤੇ ਫੇਰ। ਅੱਛਾ, ਆਪਾਂ ਚੈੱਕ ਕਰਾਈ ਆ ਵੈਸੇ, ਇਹ ਛੱਕ ਚ ਆ, ਹਲੇ ਛੱਕ ਚ ਆ 100% ਤੇ ਡਾਕਟਰ ਸਾਹਿਬ ਕਹਿੰਦੇ ਵੀ ਸੂਣ ਵਾਲੀ ਨਿਕਲੂ, ਬਾਕੀ ਆਪਾਂ ਹਜੇ ਤੁਹਾਨੂੰ ਖਾਲੀ ਦੇ ਹਿਸਾਬ ਨਾਲ ਦੇਣੀ ਆ। ਠੀਕ ਹੈ ਜੀ, ਜਿਹੜੇ ਵੀਰ ਭਰਾ ਨੇ ਕਰਨੀ ਇੱਕ ਡੇਢ ਸੱਜਰ ਦਾ 25 ਕਿਲੋ ਦਾ ਰਿਕਾਰਡ ਜਿਹਦਾ। ਅੱਛਾ, ਹਾਂਜੀ, ਤੋਰੋ ਹਾਂ ਫਿਰ ਇਹਨਾਂ ਨੂੰ। ਬਾਕੀ ਸੋਹਣੀ ਵੈੜ ਹੈ ਵੀ, ਚੰਗੇ ਸੋਹਣੇ ਰੰਗ ਰੂਪ ਵਾਲੀ ਆ। ਬਾਕੀ ਠੰਡੀ ਸੀ ਯਾਰ ਪੀਪਾ ਜੀ ਉਦਾਂ। ਠੀਕ ਹੈ ਜੀ, ਰੰਗ ਰੂਪ ਦੀ ਬੜੀ ਸਫਾਈ ਜੀ। ਦੁੱਧ ਮੌਕੇ ਤੇ 9-10 ਲੀਟਰ ਜਿਹੜਾ ਕਹਿੰਦੇ ਕਿ ਹੈਗਾ। ਤੇ ਇਹਦਾ ਮੁੱਲ? ਇਹਦਾ ਪੀਪਾ ਜੀ ਮੁੱਲ 32,000 ਜੀ। ਅੱਛਾ, ਹਾਂਜੀ, 30 ਦੀ ਦੇ ਦਈਏ। 30,000 ਦੀ, ਹਾਂਜੀ, ਵਿੱਚੋਂ ਛੋੜ ਛਾੜ ਕਰ ਦਈਏ, ਹੋਰ ਦੱਸ ਦਿਓ ਤੁਸੀਂ। 28 ਦੀ ਦੇ ਦਈਏ, 100 ਰੁਪਏ ਦੀ ਮਸ਼ੀਨ। ਹਾਂਜੀ ਹਾਂਜੀ, ਤੇ ਹੁਣ ਇੱਕ ਐਂਡ ਤੇ ਜਿਹੜੀ ਰਹਿ ਗਈ ਆ,
ਇਹ ਸੂਈ ਸਵਾਈ ਆ ਜਿਹੜੀ ਇਹ ਚੋਣ ਵਾਲੀ ਆ ਇਹ ਪਿੱਛੋਂ ਇਸ ਤਰ੍ਹਾਂ ਹੀ ਆਈ ਆ ਮਾਰ ਕੇ ਲਿਆਂਦੀ ਆ ਆਪਾਂ ਐਵੇਂ ਝੂਠ ਮਾਰ ਕੇ ਨਹੀਂ ਦੇਣੀ ਠੀਕ ਆ ਠੀਕ ਆ ਪਹਿਲਾਂ ਹੀ ਸੂਆ ਜਿਹਦਾ ਅੱਛਾ ਇਹ ਫਲ 9-10 ਕਿਲੋ ਦੁੱਧ ਜੀ ਠੀਕ ਆ ਪਰ ਇਹ ਹੈਗਾ ਜੀ ਵੀ ਇਹਦਾ ਬੱਚਾ ਉਹ 1.5 ਮਹੀਨੇ ਦਾ ਲਾ ਲੇ ਕੋਈ ਮਹੀਨੇ ਦਾ ਕੋਈ ਮੂੰਹ ਦਾ ਲਾ ਲੇ ਚਲੋ ਬੱਚਾ ਵਿਖਾ ਦਿੰਦੇ ਮਗਰ ਕੀ ਆ ਇਹਦੀ ਗੱਲ ਇਹ ਮਿਲਦੀ ਓਦਾਂ ਹੀ ਜੀ ਅੱਛਾ ਉਹਨਾਂ ਸ਼ੁਰੂ ਤੋਂ ਹੀ ਮੰਨ ਲਓ ਉਹਨਾਂ ਕੋਲ ਮਸ਼ੀਨ ਹੀ ਮਸ਼ੀਨ ਤੇ ਚੁੰਦੇ ਰਹੇ ਜੀ ਠੀਕ ਆ ਬੱਚਾ ਨਹੀਂ ਇਹ ਛੱਡਦੇ ਅੱਛਾ ਆਪਾਂ ਵਿਖਾ ਦਿੰਦੇ ਹਾਂ ਭਾਈ ਕੀ ਜੇ ਮਗਰ ਪਹਿਲਾਂ ਤੋਰ ਹੀ ਦਈਏ ਫਿਰ ਦੱਸਦੇ ਮੁੱਲ ਦਾ ਬੱਚਾ ਨੀ ਕਹਿੰਦੇ ਥੱਲੇ ਛੱਡੀ ਦਾ ਤੇ 1.5-2 ਮਹੀਨੇ ਦਾ ਬੱਚਾ ਜਿਹੜਾ ਕਹਿੰਦੇ ਠੀਕ ਆ ਪਰ ਵੈਸੇ ਆਪਣਾ ਦੱਸਣ ਦਾ ਫਰਜ਼ ਆ ਵੀ ਮੰਨ ਲਓ ਆਪਾਂ ਬੱਚੇ ਤੋਂ ਬਿਨਾਂ ਹੀ ਜਿਸ ਤਰ੍ਹਾਂ ਵੀਰ ਚੁੰਦੇ ਆਪਾਂ ਉਸੇ ਹਿਸਾਬ ਨਾਲ ਦੱਸਿਆਗੇ ਤੇ ਇਹਦੇ ਆਪਣੇ ਕੋਲ ਹੈਗੀ ਆ ਤੇ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਵਾ ਇਹਦਾ ਤੇ ਇਹਦਾ ਮੁੱਲ ਇਹਦਾ ਮੁੱਲ ਹਰਪ੍ਰੀਤ ਭਾਜੀ ਇਹਦਾ ਵੀ ਮੁੱਲ 30 ਜੇ ਅੱਛਾ ਹਾਂਜੀ ਕਿੰਨੇ ਦੀ ਦੇ ਦੀ 28 ਦੀ ਦੇ ਦੀ ਅੱਛਾ ਵੀ 28,000 ਦੀ ਦੇ ਦੇਣੀ ਆ ਵੇਖ ਲਓ ਜੇ ਜ਼ਿਆਦਾ ਦੀ ਕੋਈ 1000 ਛੱਡਦੀ ਆ ਫਿਰ ਹੋਰ ਭਾਜੀ ਪੱਕੀ ਹਾਂ ਨਾ 25,000 ਅੱਛਾ 25,000 ਦੀ ਦੇ ਦੋਗੇ 25,000 ਦੀ ਬਾਕੀ ਵਸ਼ੀ ਵੇਖ ਲਓ ਕਿੱਦਾਂ ਦੀ ਆ ਠੀਕ ਹੈ ਯਾਦ ਨਸਲ ਵਾਲੀ ਆ ਵਸ਼ੀ ਠੀਕ ਹੈ ਜੀ ਬਾਕੀ ਚੂਣ ਚਵਾ ਮਾੜਾ ਹੋਵੇ ਉਹ ਫੁੱਲ ਗਾਰੰਟੀ ਕੋਈ ਵੀ 2-3 ਟਾਈਮ ਚੂ ਕੇ ਖੜੇ ਠੀਕ ਹੈ ਜੀ ਠੀਕ ਹੈ ਨੀ ਤੇ ਠੀਕ ਹੈ ਵੀ ਜੇ ਹੋਰ ਕੁਝ ਕਹਿਣਾ ਹੋਰ ਇਹੋ ਹੀ ਵੀਰ ਦੀ ਜਿਹੜਾ ਡੰਗਰ ਸੂਆ ਏ ਉਹ ਤਸੱਲੀ ਕਰਕੇ ਖੜੋ ਤੇ ਗੱਬਨ ਚੈੱਕ ਪਾਸ ਕਰਾ ਕੇ ਖੜੋ ਇਹ ਹੈ ਕਿ ਆਪਣੇ ਮਰਜ਼ੀ ਨਾਲ ਪਸੰਦ ਕਰਕੇ ਇੱਥੇ ਤਸੱਲੀ ਕਰਕੇ ਖੜਿਆ ਕਰੋ ਇੱਥੇ ਆਪਣੀ ਚੰਗੀ ਤਰ੍ਹਾਂ ਨਿਰਖ ਪਰਖ ਕਰਕੇ ਦੋਂਦੀ ਨਿਕਲੂਗੀ ਠੀਕ ਹੈ ਭਾਜੀ ਹਰਪ੍ਰੀਤ ਤੇ ਆ ਬੱਚਾ ਜੀ ਆ ਵਛਾ ਜੀ ਆ ਵਛਾ ਜੀ ਇਹ ਵਛਾ ਜੀ ਬੈਠਦਾ ਆ ਕੱਟੀ ਜੀ ਠੀਕ ਹੈ ਜੀ ਹਾਂਜੀ ਬਾਕੀ ਇੱਥੇ ਆਪਣੀ ਨਿਰਖ ਪਰਖ ਕਰਕੇ ਚੰਗੀ ਤਰ੍ਹਾਂ ਖੜਿਆ ਕਰੋ ਕਿ ਬਾਅਦ ਚੋਂ ਕੋਈ ਲਾਮੇ ਵਾਲੀ ਗੱਲ ਨਾ ਰਹਿ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ